ਜਰਮਨੀ ਦੇ ਵਿੱਚ ਆਪ ਆਪਣਾ ਘਰ ਲੈਣਾ ਹੋਵੇ ਤੇ ਜਿਹੜਾ ਸਰਕਾਰ ਵੱਲੋਂ ਸਾਨੂੰ ਇੱਕ ਫਾਇਦਰੰਗ ਮਿਲਦੀ ਆ ਕਿ ਬਹੁਤ ਹੀ ਘੱਟ ਵਿਆਜ ਦਰਾਂ ਵਾਲਾ ਜਿਹੜਾ ਲੋਨ ਹੁੰਦਾ ਆ ਠੀਕ ਹੈ ਜੀ ਜੇ ਤੇ ਬਹੁਤ ਹੀ ਘੱਟ ਵਿਆਜ ਦਰ ਲੱਗਦੀ ਆ 0.01% ਜਿੰਨੂੰ ਆਪਾਂ ਕਹਿ ਸਕਦੇ ਆ ਕਿ ਸਾਲਾਨਾ 1 ਲੱਖ ਨੂੰ 1000 ਯੂਰੋ ਤੱਕ ਦਾ ਜਿਹੜਾ ਆਪਾਂ ਇੰਟਰਸਟ ਦੇਣਾ ਪਏਗਾ ਠੀਕ ਹੈ ਜੀ ਉਹਦੀ ਲਿਮਿਟ ਇਹਨਾਂ ਨੇ ਵਧਾ ਕੇ ਹੁਣ 270000 ਤੱਕ ਕਰ ਦਿੱਤੀ ਆ ਜਿਹੜੀ ਫੈਮਿਲੀ ਦੇ ਵਿੱਚ ਇੱਕ ਤੋਂ ਦੋ ਬੱਚੇ ਨੇ ਉਹਨਾਂ ਨੂੰ 220000 ਜਿਹੜੀ ਫੈਮਿਲੀ ਦੇ ਵਿੱਚ ਤਿੰਨ ਤੋਂ ਚਾਰ ਬੱਚੇ ਨੇ ਉਹਨਾਂ ਨੂੰ 250000 ਤੇ ਜਿਹੜੀ ਫੈਮ ਹੋ ਸਕਦਾ ਯਾਰ ਇਨਕਮ ਜਿਹੜੀ ਫੈਮਿਲੀ ਦੀ ਆ ਜੇ ਘਰ ਦੇ ਵਿੱਚ ਇੱਕ ਬੱਚਾ ਆ ਤੇ ਪਹਿਲਾਂ 60000 ਸੀ ਹੁਣ ਉਹਨਾਂ ਨੇ ਜਿਹੜੀ ਆ ਬਰੂਟੋ ਇਨਕਮ ਉਹਨਾਂ ਦੀ 90000 ਤੱਕ ਜੇ ਕੋਈ ਫੈਮਿਲੀ ਕਮਾ ਰਹੀ ਆ ਤੇ ਉਹ ਵੀ ਜਿਹੜਾ ਇਹ ਲੋਨ ਲੈ ਸਕਦੇ ਨੇ ਇਸੇ ਤਰ੍ਹਾਂ ਜੇ ਫੈਮਿਲੀ ਦੇ ਵਿੱਚ ਇੱਕ ਤੋਂ ਦੂਜਾ ਬੱਚਾ ਆ ਫਿਰ 10000 ਹੋਰ ਪਲੱਸ ਕਰ ਲਓ ਜੇ ਤੀਜਾ ਬੱਚਾ ਆ 10000 ਹੋਰ ਪਲੱਸ ਕਰ ਲਓ ਇਨਕਮ ਦੇ ਵਿੱਚ ਠੀਕ ਹੈ ਜੀ ਬਾਕੀ ਇਹਦੀ ਮੇਨ ਕੰਡੀਸ਼ਨ ਇਹ ਆ ਕਿ ਘਰ ਜਾਂ ਆਪਾਂ ਨਵਾਂ ਬਣਾਉਣਾ ਹੋਵੇ ਜਾਂ ਫਿਰ ਨਵਾਂ ਬਣਿਆ ਖਰੀਦਣਾ ਹੋਵੇ ਹੁਣ ਗੱਲ ਇਹ ਆਂਦੀ ਆ ਇੱਥੇ ਕਿ 2.5 ਲੱਖ ਜਾਂ 27000 ਕਰਨ ਵਾਸਤੇ ਕੱਲ ਨੂੰ ਮੈਂ ਅਪਾਇੰਟਮੈਂਟ ਲਈ ਆ ਆਪਣੀ ਸਟੋਇਆ ਬਰਾਟਰਿੰਨ ਦੇ ਨਾਲ ਠੀਕ ਹੈ ਜੀ ਉੱਥੇ ਜਾ ਕੇ ਮੈਂ ਗੱਲਬਾਤ ਕਰਾਂਗਾ ਕਿ ਕੀ ਇਹ ਪੋਸੀਬਲ ਹੈ ਕਿ ਆਪਾਂ ਜੇ ਨਵਾਂ ਘਰ ਮੰਨ ਲਓ 5 ਲੱਖ ਦਾ ਲੈਣੇ ਆ ਤੇ 2 ਲੱਖ 70 ਹਜ਼ਾਰ ਸਾਨੂੰ ਇਧਰੋਂ ਮਿਲਦਾ ਜਾਂ 2.5 ਲੱਖ ਇਧਰੋਂ ਮਿਲਦਾ ਤੇ ਬਾਕੀ ਦਾ 2.5 ਲੱਖ ਆਪਾਂ ਕਿਸੇ ਆਪਣੇ ਬੌਸਪਾਫ ਇਤਰਾਕ ਜਿੱਥੋਂ ਕੇ ਵੈਸੇ ਵੀ ਆਪਾਂ ਇੱਕ ਸਸਤੀ ਵਿਆਜਦਾਰ ਵਾਲਾ ਬੌਸ ਬਹਾਫ ਤਰਾ ਕੀਤਾ ਹੋਇਆ ਆ ਕਿ ਆਪਾਂ ਬਾਕੀ ਦੀ ਰਕਮ ਉਹਨਾਂ ਕੋਲੋਂ ਲੈ ਸਕਦੇ ਆ ਜਾਂ ਫਿਰ ਆਪਣੇ ਕੋਲੋਂ ਆਗੇਨ ਕੈਪੀਟਲ ਦੇ ਸਕਦੇ ਆ ਸੋ ਇਹ ਸਾਰੀ ਗੱਲਬਾਤ ਕਲੀਅਰ ਕਰਕੇ ਤੁਹਾਡੇ ਨਾਲ ਵੀਡੀਓ ਚ ਸ਼ੇਅਰ ਕਰਾਂਗਾ ਇਸ ਲਈ ਅਗਲੀ ਵੀਡੀਓ ਵੇਖਣ ਲਈ ਚੈਨਲ ਨੂੰ ਹੁਣੇ ਫੋਲੋ ਕਰ ਲਵੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਜਿਆਦਾ ਪਹੁੰਚ ਪਾਉਂਦੇ ਹੋਣ ਸਕੇ ਜੀ ਕਿਉਂਕਿ ਤਾਹੀ ਹੋ ਜਾਂਦੀ ਹੈ ਜਾਣੇ-ਜਾਣੇ ਵੀ ਤੁਹਾਡਾ ਲਵ ਸਿੰਘ ਜੀ ਨੂੰ ਦੋਹਾਂ ਜੁੜਕੀ ਤੋਂ ਮਾਫੀ ਚਾਹੁੰਦਾ ਸਸਤੀ ਕਾਲ ਕਰਨ ਤੇ ਜਾਣ ਦੇ ਵਸਤਰ